ਮੇਰਾ ਨਾਮ ਸੁਪਿੰਦਰ ਕੌਰ ਆ, ਮੈਂ ਸਾਨੀਪੁਰ ਦੀ ਰਹਿਣ ਵਾਲੀ ਹਾਂ। ਜੋ ਮੰਡੀ ਗੋਬਿੰਦਗੜ੍ਹ ਮੰਡੀ ਕੈਂਪ ਲੱਗਾ ਸੀ ਜੋਗਿੰਦਰ ਵਾਲਿਆਂ ਦਾ, ਮੈਂ ਉੱਥੇ ਚੈੱਕਅਪ ਕਰਾਇਆ। ਉੱਥੇ ਚੈੱਕਅਪ ਕਰਾਇਆ, ਜਦੋਂ ਬਾਬਾ ਸਿਰ ਦੀ ਬਿਮਾਰੀ ਨਿਕਲੀ। ਅੱਜ ਮੈਂ ਰਾਣਾ ਹੋਸਪਿਟਲ ਵਿੱਚ ਆਪਰੇਸ਼ਨ ਕਰਾਇਆ ਆਪਣਾ, ਮੈਂ ਠੀਕ ਠਾਕ ਰਹਿਣ ਘਰ ਚੱਲੀ ਹਾਂ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜੋਗਿੰਦਰ ਵਾਲਿਆਂ। ਮੇਰਾ ਨਾਮ ਸੁਰਮੁਖ ਸਿੰਘ ਹੈ, ਮੈਂ ਤੁਗਰਾਂ ਦਾ ਰਹਿਣ ਵਾਲਾ ਹਾਂ। ਜਿਹੜਾ ਮੰਡੀ ਗੋਬਿੰਦਗੜ੍ਹ ਜੋਗਿੰਦਰਾ ਟਰੱਸਟ ਵਾਲਿਆਂ ਨੇ ਕੈਂਪ ਲਗਵਾਇਆ ਸੀ, ਮੈਂ ਉਸ ਦੇ ਵਿੱਚ ਆਪਣਾ ਚੈੱਕਅਪ ਕਰਵਾਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਪਿੱਤੇ 'ਚ ਪੱਥਰੀਆਂ ਨੇ। ਅਤੇ 13 ਤਰੀਕ ਨੂੰ ਮੇਰਾ ਰਾਣਾ ਹੋਸਪਿਟਲ ਦੇ ਵਿੱਚ ਓਪਰੇਸ਼ਨ ਹੋਇਆ। ਹੁਣ ਮੈਂ ਬਿਲਕੁਲ ਠੀਕ ਠਾਕ ਹਾਂ ਅਤੇ ਘਰ ਜਾ ਰਿਹਾ ਹਾਂ। ਮੈਂ ਜੋਗਿੰਦਰਾ ਟਰੱਸਟ ਅਤੇ ਰਾਣਾ ਹੋਸਪਿਟਲ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੇਰਾ ਨਾਮ ਰੀਤਾ ਦੇਵੀ ਹੈ, ਮੈਂ ਮੰਡੀ ਗੋਬਿੰਦਗੜ੍ਹ ਸੇ ਆਈ ਹੂੰ। ਮੰਡੀ ਗੋਬਿੰਦਗੜ੍ਹ ਮੈਂ ਜੋਗਿੰਦਰਾ ਕੈਂਪ ਲਗੀ ਹੋਈ ਥੀ ਜੀ, ਵਹਾਂ ਸੇ ਜਬ ਮੈਨੇ ਚੈੱਕਅਪ ਕਰਵਾਇਆ ਤਾਂ ਮੁਝੇ ਬਾਬਾ ਸਿਰ ਕੀ ਬਿਮਾਰੀ ਨਿਕਲੀ। ਫਿਰ ਮੈਨੇ ਰਾਣਾ ਹਸਪਤਾਲ ਮੈਂ ਆਜ ਮੇਰਾ ਓਪਰੇਸ਼ਨ ਹੋਇਆ, ਮੈਂ ਅੱਛੀ ਹੂੰ ਔਰ ਖੁਸ਼ੀ ਖੁਸ਼ੀ ਘਰ ਜਾ ਰਹੀ ਹੂੰ। ਧੰਨਵਾਦ ਜੋਗਿੰਦਰਾ ਕੈਂਪ ਕਾ ਔਰ ਧੰਨਵਾਦ ਰਾਣਾ ਹਸਪਤਾਲ ਕਾ। ਹਾਂ ਜਸਵੰਤ ਰਾਏ ਹੈ, ਮੈਂ ਗੋਬਿੰਦਗੜ੍ਹ ਦਾ ਰਹਿਣ ਵਾਲਾ ਹਾਂ। ਮੈਂ ਜੋਗਿੰਦਰਾ ਕੈਂਪ ਲੱਗਾ ਸੀ, ਮੈਂ ਉੱਥੋਂ ਚੈੱਕਅਪ ਕਰਵਾਇਆ ਅਤੇ ਰਾਣਾ ਹਸਪਤਾਲ 'ਚੋਂ ਪ੍ਰਸ਼ਨ ਹੋਇਆ ਮੇਰਾ, ਠੀਕ ਠਾਕ ਹੋ ਗਿਆ, ਮੈਂ ਘਰ ਜਾ ਰਿਹਾ। ਰਾਣਾ ਹਸਪਤਾਲ ਦਾ ਧੰਨਵਾਦ ਕਰਨਾ। ਮੇਰਾ ਨਾਮ ਮੋਨੀਕਾ ਗਰਗ ਹੈ ਔਰ ਜੋ ਜੋਗਿੰਦਰਾ ਕੈਂਪ ਵਾਲੋ ਕੀ ਤਰਫ ਸੇ ਕੈਂਪ ਲਗਾ ਥਾ ਉਨਮੇ ਉਸਮੇ ਸੇ ਮੈਂ ਆਪਰੇਸ਼ਨ ਰਾਣਾ ਹੋਸਪਿਟਲ ਮੇਂ ਕਰਵਾਇਆ ਹੈ। ਮੇਰਾ ਬਿਨਾਂ ਪੈਸੇ ਕੇ ਆਪਰੇਸ਼ਨ ਹੋਇਆ ਜੋ ਬਹੁਤ ਸਫਲ ਰਹਾ। ਮੈਂ ਇਨਕਾ ਜੋਗਿੰਦਰਾ ਵਾਲੋ ਕਾ ਵੀ ਬਹੁਤ ਧੰਨਵਾਦ ਕਰਤੀ ਹੂੰ, ਰਾਣਾ ਹੋਸਪਿਟਲ ਵਾਲੋ ਕਾ ਵੀ ਧੰਨਵਾਦ ਕਰਤੀ ਹੂੰ ਔਰ ਇਨਕੇ ਸਟਾਫ ਮੈਂਬਰ ਕਾ ਵੀ ਬਹੁਤ ਧੰਨਵਾਦ ਕਰਤੀ ਹੂੰ। ਮੈਂ ਗੁਰਜੰਟ ਸਿੰਘ ਪਿੰਡ ਫੱਗਣ ਮਾਜਰਾ ਦਾ ਰਹਿਣ ਵਾਲਾ ਹਾਂ। ਮੈਂ ਮੰਡੀ ਗੋਬਿੰਦਗੜ੍ਹ ਕੈਂਪ 'ਚ ਪਹੁੰਚਿਆ, ਉੱਥੇ ਕੈਂਪ ਲੱਗਿਆ ਹੋਇਆ ਸੀ, ਜੋਗਿੰਦਰਾ ਟਰੱਸਟ ਦਾ ਕੈਂਪ ਲੱਗਿਆ ਹੋਇਆ ਸੀ। ਉੱਥੇ ਮੈਂ ਚੈੱਕਅਪ ਕਰਾਇਆ, ਉਹਨਾਂ ਨੇ ਦੱਸਿਆ ਵੀ ਤੈਨੂੰ ਬਾਬਾ ਸਿਰ ਦੀ ਸ਼ਿਕਾਇਤ ਹੈ। ਮੈਂ ਰਾਣਾ ਹੋਸਪਿਟਲ ਦੇ ਵਿੱਚ ਆਪਰੇਸ਼ਨ ਕਰਾਉਣ ਗਿਆ ਅਤੇ ਅੱਜ ਮੇਰਾ ਬਿਲਕੁਲ ਆਪਰੇਸ਼ਨ ਠੀਕ ਠਾਕ ਹੋ ਗਿਆ, ਮੈਨੂੰ ਬਿਲਕੁਲ ਸਹੀ, ਮੈਂ ਘਰ ਨੂੰ ਜਾ ਰਿਹਾ। ਮੈਂ ਰਾਣਾ ਹੋਸਪਿਟਲ ਦਾ ਜੋਗਿੰਦਰਾ ਟਰੱਸਟ ਦਾ ਬਹੁਤ ਬਹੁਤ ਧੰਨਵਾਦੀ ਹਾਂ।